ਤੁਸੀਂ ਕਿਸ ਗੱਲ ਤੇ ਸਹਿਮਤ ਸੀ ਤੁਸੀਂ ਪਾਰਲੀਮੈਂਟ ਵਾਲੀ ਕਾਲ ਤੇ ਸਹਿਮਤ ਸੀ ਕੋਈ ਕੁਝ ਜਥੇਬੰਦੀਆਂ ਦਾ ਸੀ ਕਿ ਪਾਰਲੀਮੈਂਟ ਦਾ ਨਹੀਂ ਕਰਨਾ ਚਾਹੀਦਾ 26 ਵਾਂਗੂ ਕੋਈ ਗਲਤ ਗੜਬੜ ਹੋ ਸਕਦੀ ਹੈ ਅਜੇ ਅਸੀਂ ਉਸ ਸਥਿਤੀ ਦੇ ਵਿੱਚ ਹੈ ਨਹੀਂ ਕਿ ਵੀ ਕਿਤੇ 26 ਦੀ ਤਰ੍ਹਾਂ ਫਿਰ ਕੋਈ ਗੜਬੜ ਅੱਗੇ ਹੋ ਜੇ ਤੇ ਅੰਦੋਲਨ ਕਿਤੇ ਫਿਰ ਵਾਗਮਾਰ ਦੇ ਤੁਹਾਨੂੰ ਕੀ ਲੱਗਦਾ ਉਸਪੋਨ ਹੋਇਆ ਜਾਂ ਰੱਦ ਹੋਇਆ ਤੁਹਾਨੂੰ ਕੀ ਲੱਗਦਾ ਮੈਨੂੰ ਲੱਗਦਾ ਹੁਣ ਨਹੀਂ ਹੋਏਗਾ ਕਿਉਂਕਿ ਹੁਣ ਤੇ ਜਿਹੜਾ ਉੱਜ ਵੀ ਕੋਰੋਨਾ ਆ ਗਿਆ ਹੈ ਤੈਨੂੰ ਲੱਗਦਾ ਨਹੀਂ ਜਾਏ ਹੋ ਸਕਦਾ ਕਿ ਕੇਐਮਪੀ ਤੇ ਕੀਤਾ ਜਾਵੇ ਤੁਸੀਂ ਕਿਹੜੀ ਗੱਲ ਤੇ ਸਹਿਮਤ ਜਦੋਂ ਦਿੱਲੀ ਦੇ ਪੰਜ ਹਾਈਵੇ ਜਾਮ ਨੇ ਉਹਨਾਂ ਨਾਲ ਕੋਈ ਫਰਕ ਨਹੀਂ ਪਿਆ ਕਿ ਕੇਐਮਪੀ ਨਾਲ ਕੋਈ ਵਿਸ਼ੇਸ਼ ਫਰਕ ਕੋਈ ਬਹੁਤ ਜ਼ਿਆਦਾ ਫਰਕ ਪਏਗਾ ਉਹਦਾ ਮੈਨੂੰ ਨਹੀਂ ਲੱਗਦਾ ਤੁਸੀਂ ਕਿਸ ਗੱਲ ਤੇ ਸਹਿਮਤ ਸੀ ਤੁਸੀਂ ਪਾਰਲੀਮੈਂਟ ਵਾਲੀ ਕਾਲ ਤੇ ਸਹਿਮਤ ਸੀ ਕੋਈ ਕੁਝ ਜਥੇਬੰਦੀਆਂ ਦਾ ਸੀ ਕਿ ਪਾਰਲੀਮੈਂਟ ਦਾ ਨਹੀਂ ਕਰਨਾ ਚਾਹੀਦਾ 26 ਵਾਂਗੂ ਕੋਈ ਗਲਤ ਗੜਬੜ ਹੋ ਸਕਦੀ ਹੈ ਨਹੀਂ ਪਾਰਲੀਮੈਂਟ ਦਾ ਜਾਣ ਦਾ ਪਾਸ ਹੋ ਗਿਆ ਸੀ ਸੰਖਤ ਮੋਰਚੇ ਦੀ ਜਿਹੜੀ ਜਰਨਲ ਬਾਡੀ ਦੀ ਮੀਟਿੰਗ ਹੈ ਉਹਦੇ ਵਿੱਚ ਪਾਸ ਹੋ ਗਿਆ ਸੀ ਜਾਣ ਦਾ ਪਾਸ ਹੋ ਗਿਆ ਸੀ ਉਹਦੀ ਤਰੀਕ ਤੈਅ ਕਰਨੀ ਬਾਕੀ ਸੀ ਤੇ 15 ਮਈ ਦੇ ਨੇੜੇ ਤੇੜੇ ਕੋਈ ਤਰੀਕ ਉਹਦੀ ਤੈਅ ਕਰਨੀ ਸੀ ਪਰ ਬਾਅਦ ਦੇ ਵਿੱਚ ਕੁਝ ਹਾਲਾਤ ਪੈਦਾ ਹੋਏ ਤੇ ਜਿਹੜੀ ਉਹ ਮੀਟਿੰਗ ਸੀ ਉਹਦੇ ਵਿੱਚ ਕੁਝ ਬੰਦੇ ਸ਼ਾਮਲ ਨਹੀਂ ਸੀ ਜਿਹੜੀ ਚ ਪਾਸ ਹੋਇਆ ਸੀ ਤੇ ਬਾਅਦ ਦੇ ਵਿੱਚ ਜਿਹੜੀ ਗੱਲ ਰੱਖੀ ਗਈ ਉਹ ਉਹਦੇ ਚ ਫਿਰ ਉਹ ਜਿਹੜਾ ਹੈ ਉਹ ਪੋਸਟਪੋਨ ਕਰਤਾ ਕਿ ਵੀ ਅ ਅਜੇ ਅਸੀਂ ਉਸ ਸਥਿਤੀ ਦੇ ਵਿੱਚ ਹੈ ਨਹੀਂ ਕਿ ਵੀ ਕਿਤੇ ਛੱਬੀ ਦੀ ਤਰ੍ਹਾਂ ਫਿਰ ਕੋਈ ਗੜਬੜ ਅੱਗੇ ਹੋ ਜੇ ਤੇ ਅੰਦੋਲਨ ਕਿਤੇ ਫਿਰ ਬែក ਮਾਰ ਜੇ ਇਹੋ ਜੇ ਕਈ ਉਹਦੇ ਚ ਅ ਡਾਊਟਾ ਕਰਕੇ ਫਿਰ ਉਹ ਤੁਹਾਨੂੰ ਕੀ ਲੱਗਦਾਗਾ ਤੁਹਾਨੂੰ ਕੀ ਲੱਗਦਾ ਪੋਸਟਪੋਨ ਹੋਇਆ ਜਾਂ ਰੱਦ ਹੋਇਆ ਤੁਹਾਨੂੰ ਕੀ ਲੱਗਦਾ ਮੈਨੂੰ ਲੱਗਦਾ ਹੁਣ ਨਹੀਂ ਹੋਏਗਾ ਕਿਉਂਕਿ ਹੁਣ ਤੇ ਉਂਝ ਵੀ ਕਰੋਨਾ ਆ ਗਿਆ ਤੇ ਮੈਨੂੰ ਲੱਗਦਾ ਨਹੀਂ ਹੋਏਗਾ ਹੂੰ ਹੂੰ ਵੈਸੇ ਕੀ ਹੁਣ ਜਿਵੇਂ ਕੇਐਮਪੀ ਦੀ ਕਾਲ ਬਾਰੇ ਵੀ ਚਰਚਾ ਚੱਲ ਰਹੀ ਹੈ ਇਹ ਹੋ ਸਕਦਾ ਕਿ ਕਰੋਨਾ ਤੋਂ ਬਾਅਦ ਕੋਈ ਕਾਲ ਦਿੱਤੀ ਜਾਵੇ ਜਾਂ ਹੋ ਸਕਦਾ ਕਿ ਕੇਐਮਪੀ ਤੇ ਕੀਤਾ ਜਾਵੇ ਤੁਸੀਂ ਕਿਹੜੀ ਗੱਲ ਦੇ ਉੱਤੇ ਸਹਿਮਤ ਹੋਵੋਗੇ ਕੇਐਮਪੀ ਤੇ ਵੀ ਮੇਰਾ ਖਿਆਲ ਹੈ ਉਹ ਕੇਐਮਪੀ ਤੇ ਕੋਈ ਲੰਬੀ ਛੋਟੀ ਗੱਲ ਨਹੀਂ ਹੈ ਜਿਹਦੇ ਨਾਲ ਸਰਕਾਰ ਝੁਕੇਗੀ ਜਦੋਂ ਦਿੱਲੀ ਦੇ ਪੰਜ ਹਾਈਵੇ ਜਮ ਨੇ ਉਹਨਾਂ ਨਾਲ ਕੋਈ ਫਰਕ ਨਹੀਂ ਪਿਆ ਕਿ ਜੀਐਮਪੀ ਨਾਲ ਕੋਈ ਵਿਸ਼ੇਸ਼ ਫਰਕ ਕੋਈ ਬਹੁਤ ਜ਼ਿਆਦਾ ਫਰਕ ਪਏਗਾ ਉਹਦਾ ਮੈਨੂੰ ਨਹੀਂ ਲੱਗਦਾ ਤੇ ਦੂਜੀ ਗੱਲ ਇਹ ਹੈ ਕਿ ਵੀ ਅਸੀਂ ਹੁਣ ਇਸ ਨਜ਼ਰ ਨਾਲ ਸੋਚਾਂਗੇ ਵੀ ਜਿੱਦੇ ਚ ਲੋਕ ਦੁਖੀ ਨਾ ਹੋਣ ਸਰਕਾਰ ਦੁਖੀ ਹੋਵੇ ਕਿਉਂਕਿ ਕੇਐਮਪੀ ਦੇ ਰੋਕਣ ਦੇ ਨਾਲ ਜਨਤਾ ਦੁਖੀ ਹੋਏਗੀ ਲੋਕ ਦੁਖੀ ਹੋਣਗੇ ਲੋਕਾਂ ਨਾਲ ਸਾਡਾ ਕੋਈ ਛਕੜਾ ਨਹੀਂ ਹੈ ਲੋਕਾਂ ਦੇ ਸਾਨੂੰ ਸਿੰਪੈਥੀ ਚਾਹੀਦੀ ਹੈ ਤੇ ਸਰਕਾਰ ਨੂੰ ਕਿਸੇ ਤਰ੍ਹਾਂ ਮਜ਼ਬੂਤ ਮਜਬੂਰ ਕੀਤਾ ਜਾਏ ਜਿਵੇਂ ਅਸੀਂ ਹਰਿਆਣਾ 'ਚ ਫੈਸਲਾ ਲਿਆ ਹੈ ਵੀ ਜਿਹੜੇ ਬੀਜੇਪੀ ਦੇ ਲੀਡਰ ਨੇ ਇਹਨਾਂ ਨੂੰ ਇਹਨਾਂ ਨੂੰ ਪ੍ਰੋਗਰਾਮ ਨਾ ਇਹ ਜਨਤਾ ਦੇ ਵਿੱਚ ਨਾ ਘੁਸਣ ਤੇ ਹਰਿਆਣਾ 'ਚ ਬੜਾ ਐਕਟਿਵ ਵੀ ਹੋ ਰਿਹਾ ਜਿੱਥੇ ਜਾਂਦੇ ਨੇ ਉੱਥੇ ਹੀ ਇਹਨਾਂ ਦਾ ਵਿਰੋਧ ਹੁੰਦਾ ਜਿੱਥੇ ਜਾਂਦੇ ਨੇ ਉੱਥੇ ਵਿਰੋਧ ਹੁੰਦਾ ਹੈ ਇਹ ਚੀਜ਼ ਪੂਰੇ ਦੇਸ਼ ਦੇ ਵਿੱਚ ਵੀ ਹੋ ਸਕਦੀ ਹੈ ਤੇ ਇਸ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਲਿਆਂਗੇ ਕਿ ਵੀ ਇਹ ਤੰਗ ਹੋਣ ਬੀਜੇਪੀ ਵਾਲੇ ਤੰਗ ਹੋਣ ਜਨਤਾ ਤੰਗ ਨਾ ਹੋਵੇ ਕਿਵੇਂ ਤੰਗ ਹੋਊਗੀ ਸਰਕਾਰ ਜਿਵੇਂ ਤੁਹਾਡੇ ਤੋਂ ਪੁੱਛਾ ਮੰਨ ਲਓ ਕਰੋਨਾ ਦਾ ਇੱਕ ਫੇਜ਼ ਹੈ ਕਰੋਨਾ ਖਤਮ ਹੋ ਜਾਂਦਾ ਉਸ ਤੋਂ ਬਾਅਦ ਕਿ ਉਹ ਪ੍ਰੋਗਰਾਮ ਫਿਰ ਪਾਰਲੀਮੈਂਟ ਦਾ ਹੋ ਸਕਦਾ ਜਿਵੇਂ ਮੈਂ ਤੁਹਾਨੂੰ ਜਿਵੇਂ ਮੈਂ ਤੁਹਾਨੂੰ ਉਦਾਹਰਣ ਦਿੱਤਾ ਹੈ ਉਸ ਤੋਂ ਬਾਅਦ ਪਾਰਲੀਮੈਂਟ ਦਾ ਹੋ ਸਕਦਾ ਕਰੋਨਾ ਤੋਂ ਬਾਅਦ ਪਾਰਲੀਮੈਂਟ ਦਾ ਹੋ ਸਕਦਾ ਜਿਵੇਂ ਮੈਂ ਤੁਹਾਨੂੰ ਉਦਾਹਰਣ ਦਿੱਤਾ ਹੈ ਬਈ ਅਸੀਂ ਹਰਿਆਣਾ ਚ ਫੈਸਲਾ ਲਿਆ ਹੈ ਵੀ ਜਿਹੜਾ ਬੀਜੇਪੀ ਦਾ ਤੇ ਜੀ ਜੀਪੀ ਦਾ ਲੀਡਰ ਆਏ ਪ੍ਰੋਗਰਾਮ ਕਰਨ ਵਾਸਤੇ ਉਹਦਾ ਵਿਰੋਧ ਕਰੋ ਉਹ ਬਹੁਤ ਚੰਗਾ ਸਿੱਧ ਹੋਇਆ ਬਹੁਤ ਹੀ ਚੰਗਾ ਸਿੱਧ ਹੋਇਆ ਹਰ ਜਗ੍ਹਾ ਤੋਂ ਇਹਨਾਂ ਨੂੰ ਭਜਾਇਆ ਗਿਆ ਤੇ ਆ ਉਹ ਉਹ ਇਸ ਤਰ੍ਹਾਂ ਦੇ ਪ੍ਰੋਗਰਾਮ ਅੱਗੇ ਵੀ ਲਏ ਜਾ ਸਕਦੇ ਨੇ ਜਿਹਦੇ ਨਾਲ ਜਨਤਾ ਦੇ ਵਿੱਚ ਜਨਤਾ ਦੇ ਵਿੱਚ ਇਹਨਾਂ ਦੇ ਵੀਰ ਇਹਨਾਂ ਦੇ ਜਿਹੜਾ ਵਿਰੋਧ ਅਕਰੋਸ਼ ਫੈਲੇ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜਾ ਹੈ ਉਹ ਕਿਤੇ ਜਾ ਸਕਦੇ ਨੇ ਜਾਂ ਹੋਰ ਵੀ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹਦੇ ਨਾਲ ਸਰਕਾਰ ਦੁਖੀ ਹੋਏ ਨਾ ਕਿ ਜਨਤਾ ਦੁਖੀ ਹੋ। ਤਾਂ ਜਿਹੜੇ ਜਿਵੇਂ ਤੁਸੀਂ ਕਹਿ ਰਹੇ ਹੋਗੇ ਕਿ ਪਾਰਲੀਮੈਂਟ ਦੀ ਕਾਲ ਦੇ ਉੱਤੇ ਦੋ ਤਰ੍ਹਾਂ ਦੀਆਂ ਗੱਲਾਂ ਸਿੱਕ ਗੱਲ ਇਹ ਸੀ ਕਿ ਜੀ 26 ਨੂੰ ਜੋ ਹੋਇਆ ਕਿਤੇ ਉਹ ਦੁਬਾਰਾ ਨਾ ਹੋ ਜੇ ਦੂਜੀ ਗੱਲ ਇਹ ਸੀਗੀ ਕਿ ਕਰੋਨਾ ਆ ਗਿਆ ਜੇ ਕਰੋਨਾ ਖਤਮ ਹੋ ਜਾਂਦਾ ਫਿਰ ਵੀ 26 ਵਾਲਾ ਉਹ ਰਹੇਗਾ ਤਾਂ ਤੁਹਾਨੂੰ ਲੱਗਦਾ ਕੋਈ ਹੋਰ ਪ੍ਰੋਗਰਾਮ ਹੋਣਾ ਚਾਹੀਦਾ ਜਾਂ ਕਰੋਨਾ ਜਾਣ ਤੋਂ ਬਾਅਦ ਪਾਰਲੀਮੈਂਟ ਦੀ ਕਾਲ ਇੱਕ ਪ੍ਰੈਸ਼ਰ ਦੇ ਰੂਪ ਵਿੱਚ ਤੁਹਾਡੇ ਕੰਮ ਆਏਗੀ ਬਿਲਕੁਲ ਕਰੋਨਾ ਕਰੋਨਾ ਖਤਮ ਹੋਣ ਤੋਂ ਬਾਅਦ ਬਿਲਕੁਲ ਪਾਰਲੀਮੈਂਟ ਦਾ ਹੋ ਸਕਦਾ ਉਹ ਬਿਲਕੁਲ ਹੋ ਸਕਦਾ ਹੈ ਪਰ ਹੁਣ ਟਾਈਮ ਨਹੀਂ ਹੋ ਰਿਹਾ ਹੁਣ ਕਿਉਂਕਿ ਕਰੋਨਾ ਦਾ ਜਿਹੜਾ ਹੈ ਉਹ ਇਨਾ ਹੂਆ ਖੜਾ ਹੋ ਗਿਆ ਹੈ ਵੀ ਹੁਣ ਤਾਂ ਸਰਕਾਰ ਨੂੰ ਮੌਕਾ ਮਿਲ ਜੇਗਾ ਆ ਦੇਖੋ ਜੀ ਆ ਜਿਹੜਾ ਹੈ ਇਹ ਤੇ ਕਰੋਨਾ ਫਲਾ ਰਹੇ ਨੇ ਇਹ ਤੇ ਮਹਾਮਾਰੀ ਫਲਾ ਰਹੇ ਨੇ ਜਿਵੇਂ ਤਬਲੀਕੀਆਂ ਨੂੰ ਬਦਨਾਮ ਕਰਕੇ ਰੱਖ ਤਾ ਸੀ ਇਹਨਾਂ ਨੇ ਮਤਲਬ ਇਹ ਸੋਚ ਰਹੇ ਨੇ ਵੀ ਅੰਦੋਲਨ ਨੂੰ ਬਦਨਾਮ ਕਰਕੇ ਉਠਾ ਦਿਓ ਹੁਣ ਵੀ ਜਿਹੜਾ ਹੈ ਹੁਣ ਵੀ ਅਪੀਲ ਦੇਖੀ ਹੋਣੀ ਅਰਣ ਦਾ ਗਰੀ ਮੰਤਰੀ ਅਪੀਲ ਕਰ ਰਿਹਾ ਤੁਸੀਂ ਉੱਠ ਜਾਓ ਜੀ ਕਰੋਨਾ ਤੋਂ ਬਾਅਦ ਬਹਿ ਜਾਏ ਜੇ ਇਸ ਤਰ੍ਹਾਂ ਕਰਕੇ ਵੀ ਦੇਖੋ ਸਾਡੀ ਗੱਲ ਹੀ ਨਹੀਂ ਮੰਨ ਰਹੇ ਇਸ ਤਰ੍ਹਾਂ ਕਰਕੇ ਉਹ ਬਦਨਾਮ ਕਰਨਾ ਚਾਹੁੰਦੇ ਨੇ ਉਹ ਅਸੀਂ ਉਹਨਾਂ ਨੂੰ ਮੌਕਾ ਨਹੀਂ ਦੇਵਾਂਗੇ ਹੂੰ ਹੂੰ ਤਾਂ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਪਾਰਲੀਮੈਂਟ ਦੀ ਕਾਲ ਦਿੱਤੀ ਜਾ ਸਕਦੀ ਹੈ ਕਰੋਨਾ ਤੋਂ ਬਾਅਦ ਦੇਵੋਗੇ ਮੰਨ ਲਓ ਜਾਂ ਤੁਹਾਨੂੰ ਲੱਗਦਾ ਕਿ ਇਹ ਮੋਰਚਾ ਫਿਰ ਦੇਖੋ ਹੋਏਗਾ ਨਾ ਸਾਰਾ ਤਿਆਰੀ ਹੈ ਲਗ ਭਾਗ ਇਸ ਦਾ ਹੋਏਗਾ ਤਾਂ ਸਾਰਿਆਂ ਦੀ ਸਲਾਹ ਨਾਲ ਪਰ ਉਹ ਬਿਲਕੁਲ ਦਿੱਤੀ ਜਾ ਸਕਦੀ ਹੈ ਕਰੋਨਾ ਤੋਂ ਬਾਅਦ ਦਿੱਤੀ ਜਾ ਸਕਦੀ ਹੈ ਇਹ ਗੱਲ ਹੋਈ ਹੈ ਕਿ ਉੱਥੇ ਇਸ ਤਰ੍ਹਾਂ ਦੀ ਚਰਚਾ ਨਹੀਂ ਹੋਈ ਨਹੀਂ ਹੋਈ ਨਹੀਂ ਪਰ ਇਹ ਤਾਂ ਸੰਭਾਵਨਾ ਕੋ ਦੇਖੋ ਅੰਦੋਲਨ ਤੇ ਕਿਸੇ ਕਿਸੇ ਤਰ੍ਹਾਂ ਦਾ ਵੀ ਕੀਤਾ ਜਾਉਂਦਾ ਪਰ ਕਰਨਾ ਪਏਗਾ ਮੈਜੋਰਿਟੀ ਸਹਿਮਤ ਆ ਉੱਥੇ ਇਸ ਗੱਲ ਦੇ ਲਈ ਬਿਲਕੁਲ ਕਰਨਾ ਪਏਗਾ ਮੈਜੋਰਿਟੀ ਵੀ ਸਹਿਮਤ ਹੋਏਗੀ ਮੈਂ ਇਹ ਕਹਿ ਰ ਇਹ ਇਹ ਦੇ ਕਲੀਅਰ ਹੈ ਵੀ ਜੇ ਕਰੋਨਾ ਵੀ ਖਤਮ ਹੋ ਜਾਂਦਾ ਹੈ ਤੇ ਫਿਰ ਅਸੀਂ ਇਸੇ ਤਰ੍ਹਾਂ ਬੈਠੇ ਰਹਿਣੇ ਆ ਤੇ ਜਨਤਾ ਰਾਜ਼ ਹੋ ਜੇਗੀ ਫਿਰ ਤਾਂ ਸਾਨੂੰ ਕੋਈ ਨਵਾਂ ਕਰਨਾ ਹੀ ਪੈਗਾ ਸਾਡੀ ਮਜਬੂਰੀ ਹੋਏਗੀ ਕਰਨਾ ਹੋਰ ਕਿਸੇ ساری ਉਮਰ ਥੋੜੇ ਵੀ ਜਾਰਾਂਗੇ ਉੱਥੇ